ਇਹ ਇੱਕ ਪਰ ਫੜ ਫੜਾਉਂਦਾ ਖਿਡੌਣਾ ਕ੍ਰੈਂਕ 'ਤੇ ਆਧਾਰਿਤ ਹੁੰਦਾ ਹੈ। ਕ੍ਰੈਂਕ ਘੁੰਮਦੀ ਹਿਲਜੁਲ ਨੂੰ ਸਿੱਧੀ ਹਿਲਜੁਲ ਵਿੱਚ ਬਦਲ ਸਕਦੀ ਹੈ। ਜਦੋਂ ਤੁਸੀਂ ਹੈਂਡਲ ਨੂੰ ਗੋਲ ਗੋਲ ਘੁਮਾਉਂਦੇ ਹੋ ਤਾਂ ਪੰਛੀ ਪਰ ਫੜ ਫੜਾਉਂਦਾ ਹੈ। ਤੁਸੀਂ ਪੰਛੀ ਦਾ ਸਰੀਰ ਆਸਾਨੀ ਨਾਲ ਵੱਖ ਵੱਖ ਕਰ ਸਕਦੇ ਹੋ। ਹੁਣ ਤੁਸੀਂ ਕ੍ਰੈਂਕ ਦੇ ਚੱਲਣ ਬਾਰੇ ਵੇਖ ਸਕਦੇ ਹੋ। ਤੁਸੀਂ ਤਿੰਨ ਪਾਰਦਰਸ਼ੀ ਪਾਈਪਾਂ ਤਾਰਾਂ ਨਾਲ ਜੁੜੀਆਂ ਵੇਖ ਸਕਦੇ ਹੋ, ਜੋ ਪਾਈਪਾਂ ਅੰਗਰੇਜ਼ੀ ਦੇ 20 ਨੌਚ ਦੇ ਆਕਾਰ ਵਿੱਚ ਜੁੜੀਆਂ ਹੁੰਦੀਆਂ ਹਨ ਅਤੇ ਹੈਂਡਲ ਦੇ ਘੁੰਮਣ ਨਾਲ ਪਰ ਫੜ ਫੜਾਉਂਦੇ ਹਨ। ਤੁਸੀਂ ਪੰਛੀ ਨੂੰ ਵੱਖ ਵੱਖ ਪਾਸਿਓਂ ਵੇਖ ਕੇ ਇਸ ਤਕਨੀਕ ਨੂੰ ਚੰਗੀ ਤਰ੍ਹਾਂ ਵੇਖ ਸਕਦੇ ਹੋ। ਪੰਛੀ ਦਾ ਸਰੀਰ ਆਸਾਨੀ ਨਾਲ ਥਾਂ 'ਤੇ ਲਿਆ ਜਾ ਸਕਦਾ ਹੈ। ਤੁਸੀਂ ਇਸ ਪੰਛੀ ਨੂੰ ਕਾਗਜ਼ ਦੇ ਬਣੇ ਘੌਂਸਲੇ ਵਿੱਚ ਰੱਖ ਸਕਦੇ ਹੋ। ਹੈਂਡਲ ਘੁਮਾਉਣ 'ਤੇ ਪੰਛੀ ਪਰ ਫੜ ਫੜਾਉਂਦਾ ਹੈ।